बिस्मिल्लाहिर्रहमानिर्रहीम अस्सलाम वालेकुम। उम्मीद है जी सारे भैन भरा ठीक ठाक होसो, खुशबाश होसो, तो अल्लाह ताला ने हिफ्ज़ो अमान विच होसो, अपनी जिंदगी असां दा नाल गुजारने होसो, अल्लाह ताला दी दित्तियां नेमतां दा शुक्र अदा करने होसो, मुसीबत पिछां सबर ओ ताम करने। ਇਹ ਕਸ਼ਮੀਰੀ ਵਲਾਗਰ ਹਾਜ਼ਰ ਹੈ ਇੱਕ ਨਵਾਂ ਖੂਬਸੂਰਤ ਜਿਹਾ ਕਿਸਮ ਦਾ ਵਲਾਗ ਇਹਨਾਂ ਸੋਹਣੀ ਖਿਦਮਤ ਵਿੱਚ। ਕਸ਼ਮੀਰੀ ਵਲਾਗਰ ਦੀ ਤਰਫੋਂ ਮੇਜ਼ਬਾਨ ਇਸਰਾਰੀਆ ਕੋ ਸਫੀਰ ਅਹਿਮਦ ਮੁਹੰਮਦ ਇਰਫਾਨ ਤੁਸਾਂ ਕੀ ਬਹੁਬੀ ਪਤਾਇਆ ਕਿ ਹਾਲੀ ਕਸ਼ਮੀਰ ਨਹੀਂ ਪੂਰੇ ਪਾਕਿਸਤਾਨ ਅੰਦਰ ਅਗਰ ਗੱਲ ਕੀਤੀ ਜਾਏ ਨਾ ਤਾਂ ਜ਼ਿਲ੍ਹਿਆਂ ਵਿੱਚੋਂ ਜਿਹੜਾ ਜ਼ਿਲ੍ਹਾ ਮੀਰਪੁਰ ਹੈ ਉਹ ਬਹੁਤ ਹੀ ਮਸ਼ਹੂਰ ਹੈ ਪੈਸੇ ਨੇ ਲਿਹਾਜ਼ ਨਾਲ, ਅਮੀਰੀ ਨੇ ਲਿਹਾਜ਼ ਨਾਲ, ਕੋਠੀਆਂ ਨੇ ਲਿਹਾਜ਼ ਨਾਲ। ਲੇਕਿਨ ਜ਼ਿਲ੍ਹਾ ਮੀਰਪੁਰ 'ਚ ਤੁਸੀਂ ਅਛਨੇ ਹੋ ਤਹਿਸੀਲ ਡਡਿਆਲ ਨੇ ਅੰਦਰ, ਤਹਿਸੀਲ ਡਡਿਆਲ ਨਾਲ ਇੱਕ ਏਰੀਆ ਆ ਜਿਸ ਕੇ ਹਣੇ ਰੱਟਾ ਕੋਠੀਆਂ ਨੇ ਵਾਲੇ ਨਾਲ, ਇਸ ਨਾਲ ਕੋਈ ਨੇਮੁਲ ਬਦਲ ਔਰ ਇਸ ਨਾਲ ਕੋਈ ਦੁਆ ਨਹੀਂ ਹੈ। ਇਹ ਬਿਲਕੁਲ ਕਿਉਂਕਿ ਏਰੀਆ ਜ਼ਾਹਰੀ ਗੱਲ ਅਗਰ ਕੋਠੀਆਂ ਆ ਤਾਂ ਫਿਰ ਅਮੀਰ ਲਿਹਾਜ਼ ਨਾਲ ਵੀ ਏਰੀਆ ਬਹੁਤ ਮਸ਼ਹੂਰ ਹੈ। ਬਿਲਕੁਲ ਆਹੀ ਸਕਦੇ ਹੋ ਕਿ ਅਮੀਰੋਂ ਕਾ ਗਾਉਂ ਔਰ ਖੂਬਸੂਰਤ ਗਾਉਂ, ਕਿਉਂਕਿ ਇਸ ਸਭ ਤੋਂ ਜ਼ਿਆਦਾ ਜੇ ਇੱਕ ਅਹਿਮ ਚੀਜ਼ ਦੀ ਉਹ ਹੈ ਕਿ ਇਸਦੀ ਜ਼ਮੀਨ ਜਿਹੜੀ ਹੈ ਉਹ ਬਿਲਕੁਲ ਅਮਵਾਰ ਹੈ। ਬਿਲਕੁਲ ਠੀਕ ਹੈ, ਔਰ ਹਰ ਬੰਦੇ ਹਰ ਦੂਏ ਬੰਦੇ ਜਾਂ ਆਪਣੀ ਕੋਠੀ ਬਣਾਈ ਵੀ ਹੋਇਆ ਅੱਲਾਹ ਤਾਲਾ ਦਿੱਤਿਆ ਵੀ ਹੈ ਨਾ। ਤੁਸਾਂ ਇੰਟਰੋ 'ਚ ਵੀ ਜ਼ਿਕਰ ਕੀਤਾ ਹੈ ਅੱਲਾਹ ਤਾਲਾ ਦੀ ਨਿਮਤਾਂ ਦਾ ਸ਼ੁਕਰ ਅਦਾ ਕਰਨੀ ਹੈ, ਸੋ ਇਹ ਵੀ ਅੱਲਾਹ ਤਾਲਾ ਦੀ ਇੱਕ ਨਿਮਤ ਹੈ ਜੋ ਇੱਕ ਨਿਮਤ ਹੈ ਕਿ ਅੱਲਾਹ ਤਾਲਾ ਉਹਨਾਂ ਕੀ ਇਤਨਾ ਨਵਾਜ਼ਿਆ ਵਾ ਕਿ ਉਹ ਫਿਰ ਇੱਥੇ ਅਸ਼ ਨੇ ਇੱਕ ਹੋਣਾ ਕੁਦਰਤੀ ਖੂਬਸੂਰਤੀ ਕਿਸੇ ਵੀ ਏਰੀਏ ਨਹੀਂ, ਇੱਕ ਹੋਣਾ ਉਸਨੇ ਮਸਨੂਈ ਤੌਰ ਉੱਪਰ ਸੋ ਕੁਝ ਨਾ ਕੁਝ ਆਪਣੀ ਤਰਫੋਂ ਬਣਾਉਣੇ ਔਰ ਉਸਕੀ ਖੂਬਸੂਰਤ ਬਣਾਉਣੇ, ਜਿਸ ਤਰ੍ਹਾਂ ਆਏ ਸਕਦੇ ਹੋ ਦੁਬਈ ਉਸਕੀ ਤੋਂ ਕੋਈ ਬਣਾਇਆ ਗਿਆ ਬਣਾਇਆ ਠੀਕ ਹੈ, ਇਸ ਤਰ੍ਹਾਂ ਆਹੀ ਸਕਦੇ ਹਾਂ ਅਸਾਂ ਰੱਟੇ ਕੀ ਵੀ ਬਣਾਇਆ ਗਿਆ ਆ। ਬਿਲਕੁਲ ਆਪਣੇ ਦੇਖਦੇ ਨਾ ਬੈਕ ਸਾਈਡ ਉੱਪਰ ਇਤਨੀ ਸੋਹਣੀ ਕੋਠੀ ਬਣਤੀ ਵੀ, ਯਕੀਨ ਮੰਨੋ ਕਿ ਆਹੀ ਸਕਦੇ ਹੋ ਕਿ ਤਕੜੇ ਨਹੀਂ ਆ ਦਿਲ ਕਰਨਾ ਆ। ਬਿਲਕੁਲ ਐਸਾ ਹੀ ਹੈ, ਔਰ ਅੱਜ ਨੇ ਵੀਡੀਓ 'ਚ ਇਨਸ਼ਾਅੱਲਾ ਸੋ ਕਿ ਪੂਰਾ ਰੱਟਾ ਬਹੁਤ ਬੜਾ ਆ, ਇਸ ਦੇ ਅੰਦਰ ਬਹੁਤ ਸਾਰੇ ਛੋਟੇ ਛੋਟੇ ਗ੍ਰਾਮ ਵੀ ਆ, ਲੇਕਿਨ ਅਸਾਂ ਪੂਰਾ ਰੱਟਾ ਵਿਜ਼ਿਟ ਕਰਵਾਤਾ ਆ। ਹੁਣ ਹੈ ਕਿ ਡਰੋਨ ਨੇ ਕਲਿੱਪ ਵੀ ਨਾਲੋਂ ਨਾਲ ਚੈੱਕ ਕਰੋ ਤਾਂ ਅਸਾਂ ਜੁਲੇ ਹਾਂ ਰੱਟੇ ਨਹੀਂ ਕੋਈ ਹੋਰ ਜਗ੍ਹਾ ਪਰ, ਉੱਥੇ ਜੁਲੀ ਸਾਂ ਹੀ ਮਿਲਦੇ ਹਾਂ। ਚੈੱਕ ਕੀਤਾ ਆ ਤਾਂ ਘਬਰਾਉਣਾ ਨਹੀਂ, ਅਜਾ ਡਰੋਨ ਵੀ ਉਹ ਹੈ ਰੱਟਾ ਬਹੁਤ ਬੜਾ ਆ, ਅਸਾਂ ਕੁਝ ਹੱਥਾਂ ਸੋ ਕੀ ਦੱਸਿਆ ਆ ਤਾਂ ਅਸਾਂ ਆਇਆ ਕਿ ਨਾਲ ਨਾਲ ਲੱਗਿਆ ਸਫ਼ਰ ਜਾਰੀ ਰੱਖਣੇ ਆ ਤਾਂ ਰਸਤੇ ਵਿੱਚ ਮਾਸ਼ਾਅੱਲਾ ਅਸਾਂ ਕੀ ਨਜ਼ਰ ਆਈ ਆ ਬਾਗਲੀ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਸਾਰੀਆਂ ਨਾਲ ਉਹ ਪੁਰਾਣੀਆਂ ਵੀ ਦੱਸਾਂਗੇ, ਡਰੋਨੋ ਵੀ ਥੋੜ੍ਹਾ ਦੂਰੋਂ ਆ ਉਸਨੇ ਸ਼ਾਇਦ ਮਿਸ ਹੋਈ ਗਈਆਂ। ਬਿਲਕੁਲ ਬਿਲਕੁਲ ਤੁਸੀਂ ਦੱਸਿਆ ਪੁਰਾਣੀ ਇਹ ਇੱਕ ਆਈ ਸਕਦੇ ਤਾਰੀਖ ਹੈ ਸਾਰੀ ਮੌਜੂਦਾ ਦੌਰ ਵੀ ਤਾਂ ਇਹ ਚੀਜ਼ ਸਾਂਗੀ ਲੱਭਣੀ ਜਾਣੀ ਹੈ, ਇਹ ਵੀ ਤਾਂ ਕੋਈ ਨਾ ਬੜੀ ਪ੍ਰੋਟੈਕਟ ਕੀਤੀ ਸੀ ਹਿਫਾਜ਼ਤ ਦੇ ਤੌਰ ਉੱਪਰ, ਉਹ ਮਸ਼ੀਨ ਵੀ ਜਾ ਪਈ ਵੀ ਮੈਂ ਇਹ ਸੋਚਣਾ ਸਾਂ ਇਹ ਕਿਸੇ ਖੜੀ ਵੀ ਨਹੀਂ ਆ, ਵਰਨਾ ਸਾਰੇ ਏਰੀਏ ਵਿੱਚ ਮਸਜਿਦ ਦੀ ਟੂਟੀਆਂ ਚੋਰੀ ਹੋ ਜਾਂਦੀਆਂ, ਟੂਟੀਆਂ ਬਣੀਆਂ ਹੋਣੀਆਂ, ਇਹ ਚੀਜ਼ਾਂ ਚੋਰੀ ਕੌਣ ਕਰਨਾ, ਜ਼ਿਆਦਾਤਰ ਨਸ਼ੇੜੀ ਲੋਕ ਤਾਂ ਇਹ ਭਾਰੀ ਹੈ ਚਾਹੁੰਦੀ ਹੋਣੀ ਉਹਨਾਂ ਕੋਲੋਂ। ਅੱਛਾ ਅੱਛਾ ਠੀਕ ਠੀਕ, ਬਾਕੀ ਅੰਦਰ ਰਹਿਣਾ, ਅੰਦਰ ਜ਼ਿਆਦਾ ਦੂਰ ਤਾਂ ਨਹੀਂ ਜਾਣਾ ਹੋਣਾ ਕਿਉਂਕਿ ਪਾਣੀ ਬਿਲਕੁਲ ਕਰੀਬ ਹੈ। ਬਿਲਕੁਲ ਬਿਲਕੁਲ ਬਿਲਕੁਲ, ਸੀੜੀਆਂ ਲਈਆਂ ਹੋਈਆਂ ਇਹ ਕੁਝਾਂ ਭੈਣਾਂ ਭਰਾਵਾਂ ਤਾਂ ਆਲਰੇਡੀ ਪਤਾ ਹੋ ਸੀ ਕਿ ਕਿਆ ਸੀਨ ਆ, ਲੇਕਿਨ ਕੁਝਾਂ ਨਹੀਂ ਪਤਾ ਹੋਣਾ ਉਹ ਮੋਟਰ ਜੀ ਲਈ ਉਹ ਖੂਹ ਤੋਂ ਪਾਣੀ ਇਸਨਾ ਇਸਨੇ ਵੀ ਅਤੇ ਪੌੜੀਆਂ ਦੇ ਜ਼ਰੀਏ ਜਾਣਾ ਲੋਕ ਪਾਣੀ ਸ਼ਾਣੀ ਭਰੀ ਦਾ ਬਾਹਰ, ਯਾਨੀ ਉਸ ਰਾਹ ਇਹ ਹੋਣਾ ਸਾਗੇ ਉਸ ਹੈ ਇੱਕ ਗ੍ਰਾਂ ਕੀ ਇੱਕ ਅੱਧ ਹੋਣੀ ਹੋਣੀ ਸੀ, ਦੂਰੋਂ ਦੂਰੋਂ ਲੋਕ ਇਸ ਨੂੰ ਪਾਣੀ ਪਾਣੀ ਕਿੱਲਤ ਸੀ ਕਿੱਲਤ ਸੀ ਉਸ ਟਾਈਮ, ਤਾਂ ਉਹ ਮੌਜੂਦਾ ਦੌਰ ਹੀ ਆਹੋ ਦਾ ਕੋਈ ਬੰਦਾ ਤਾਂ ਕਹਿੰਦਾ ਹੈ ਥੂ ਲੋਕ ਪਾਣੀ ਪੀਣੇ ਰਹੇ ਜਾਂ ਖੜੇ ਰਹੇ, ਇਹ ਤਜਰਬ ਨਾ ਜ਼ਾਹਿਰ ਕਰ ਸਕਿਆ ਕਿ ਅੱਜ ਕੱਲ੍ਹ ਬੋਰ ਵਾਲਾ ਸਿਸਟਮ ਹਰ ਘਰਾਂ ਵਿੱਚ ਹੋਈ ਗਿਆ ਨਾ, ਆਹੀ ਹੈ ਗੱਲ, ਹੁਣ ਪਾਣੀ ਨੇ ਇਤਨੇ ਮਸਾਇਲ ਨਹੀਂ ਸਾਡੇ ਸਪੈਸ਼ਲੀ ਸਾਡੇ ਆਈ ਸਕਦੇ ਕਸ਼ਮੀਰ ਵਿੱਚ ਇਤਨੇ ਜ਼ਿਆਦਾ ਨਹੀਂ ਰਹਿਣ, ਡਡਿਆਲ ਨਾ ਤਾਂ ਕਰੀ ਇੱਥੇ ਤਾਂ ਮੱਲੋ ਹੀ ਕੋਈ ਨਹੀਂ, ਹਰ ਤਕਰੀਬਨ ਹਰ ਘਰਾਂ ਵਿੱਚ ਅਗਰ ਇੱਕ ਬੰਦੇ ਦੋ ਮਕਾਨ ਬਣਾਏ ਤਾਂ ਉਸ ਦੋ ਬੋਰ ਬਣ ਰਹੀਆਂ ਨੇ, ਇਹ ਗੱਲ।
बड़ा पुराना और तारीखी है असा है कि ड्रोन जानी व्यू दसी सकना लेकिन मालूम नहीं दी सकना सो असों की मालूम भी दिया जड़े असा की भैन भरा शुरू तो तकने तो जहरी गल उन्होंने सारी तारीख भी पता होती है लेकिन जो नवे ज्वाइन किया उन्होंने बारे है कि 1800 उन सौ अगर जिन्हें मैथ ठीक हो गया दादा लाइक हो मोटा माड़ा इतना बनना है माड़े ख्याल कोई 160 साल हाँ इतना बनी जाना है सो बहुत ही पुराना और बहुत ही तारीखी एक टाइम ऐसा आया इस कुएं पर कि गंदा भी हो गया वापस यूज जिना खत्म हो गया यार लेकिन फिर क्या माशाल्लाह रतन अवाम की सलाम जिना मुड़ी तो दोबारा इस कुएं की साफ करवाया या साफ करवाने के बाद आम अवाम वास्ते ना वापस खोली उड़ा कि जरा बता 2011 बजे कम होया या दोबारा इस कुएं साफ करी आम अवाम वास्ते ना खोलिया ये हुन बूटी छुटिया नहीं तां असें जिहड़ा दिसना मैंने इसकी टैल बाकायदा लगी हुई है इसके ऊपर भी और इसने साइडों पर भी और ऊपर जंगला भी लगा हुआ है सो माशाल्लाह इसने हिफाजत भी बड़ी की है और साइडा पर इको अंदर तो एक बार प्रॉपर जानी गेट से लगा हुआ ताकि माल डंगर जानी होना जाए माल डंगर भी ना जाए उसके अलावा बच्चे स्पेशली बच्चे ना तो कोई भरोसा नहीं होना कुछ जगह भी जाई सकते उन्हें भी समझ होनी इस बारे के जरूरी होनी है क्योंकि इतों जारी गल उन्हें जगह पर रखी इतों पानी भरने उतो बच्चा आराम से उन्हें अंदर जाई सकना है बिल्कुल सो ऐसी ही तारीख तो हूँ वापस दोबारा जदीद दौर की तरफ चलने हैं और कोठियाँ खूबसूरत खूबसूरत उन्होंने एक बार नज़ारा करो कोठियां दसियां हैं कि पुराने तारीखी कुए दसियां उत्थें कि आपू भी तालीम रिलेटेड बंदे हैं तो यह तो नहीं सकना कि रट्टे ने अंदर जी मशहूर तालीमी दर्शका आई उसका जिक्र ना किया जाए और साढ़े पिछले जोड़े तो रट्टे ने बंदे हो इंग्लैंड हो या इतने हो उन्हें कि बहुत भी मालूम हो गया असं लेकिन जो बाकी भैन भरा है उन्हें भी चलो दसी होने चीज़ तक है जितने इन्होंने लोगों ने अपनी कोठियां वगैरह भी बनाई हैं स्कूल है कि नालों नाल तुसी करने बिल्कुल ठीक है ये बिल्कुल सामने साड़ी बिल्डिंग जी सामने मतलब नहीं दिसनी लेकिन ये बिल्कुल नई बिल्डिंग इन्होंने तामीर किया है हाल बनाया है जहर वास्ते आ रही तो बाकी भी जाने इंशाला कोशिश साड़ी होती कि इस अदारे ने एक बिल्डिंग बनाई जाए हूँ अस इन पर बल्कि रटे ने इन पर आई गए अदारा भी जरा इन वो इन पर और इस अदारे दी बड़िया ही काफ़ी हैं और बड़ा काफ़ी तारीखी अदारा आ यह भी बड़ा पुराना ही और तो काफ़ी लोग पढ़ी तो कोई डॉक्टर तो कोई इंजीनियर तक कुछ तो सब तक बिल्कुल ऐसा ही है और जिस तरह बारह है लश पश दिसना है इस तरह अंदरों ही लश पश है लेकिन असा इंशाला बड़ी तफसील नाल डिटेल नाल तारीख भी कट सा और फिर इंशाला इस नंबर वीडियो भी बना सा सो एक चैनल शैनल सब्सक्राइब करी गए बिल्कुल जो इसमें स्टूडेंट रहे हो इसने वाले दिन इंशाला इसने हमारे नाल एक मुकम्मल तफसीली वीडियो बड़ी लफसी है
اگر کہ انسان اپنی وجہ ہے کہ ٹائم نیڑا لگا ہوا ہے ساڑا بھائی اور ویڈیو نہ امید ہے کہ اج دی ویڈیو پسند ائی کوشش ہے کہ تی ہے کہ اج اسا زیادہ اپنی گپ شپ نہ صرف سن کی تھوڑی جی معلومات ہیں اور باقی سن کی پورا ڈرون کلپ چیک کروایا چلا نیکسٹ ویڈیو میں سو سے یہاں اپنے تے اپنے پیاروں بہت سارا خیال رکھیا دعا چ اسا کی بھی یاد رکھیا ہے فی امان اللہ